ਇਟਾਵਾ ਦਾ ਆਰਡਰ ਰਿੰਗ ਰੋਡ ਤੋਂ ਚੱਲ ਰਿਹਾ ਹੈ। ਸ਼ੇਲਾ ਮਾਰਾ ਟ੍ਰੈਨਿੰਗ ਹੈ, ਟ੍ਰੈਨਿੰਗ ਦੇ ਰਿਹਾ ਹੈ। ਪੇਚਕਸ ਇਸਨੇ ਫੇਂਕ ਦਿਆ ਹੈ, ਪੇਚਕਸ ਤਾਂ ਬੜਾ ਵਾਲਾ ਇਸਨੇ ਫੇਂਕ ਦਿਆ। ਸੋ ਗਏ ਬੋਲਾ ਉਸਤਾਦ, ਉਹ ਤਾਂ ਹੋ ਗਿਆ। ਕੱਲ ਹਮ ਦੂਸਰਾ ਪੇਚਕਸ ਖਰੀਦੇਂਗੇ, ਲੇਕਿਨ ਆਜ ਕਾਫੀ ਠੀਕ ਗਾਏ ਹੋ, ਆਪਣੀ ਲਾਈਨ ਮੇ ਗਾੜੀ ਹੈ ਔਰ ਲਾਈ ਲਾਈਨ ਤੋਂ ਵੀ ਠੀਕ ਹੈ ਗਾੜੀ ਕਾ, ਕਿਸੀ ਕੀ ਸਾਈਡ ਨਹੀਂ ਦਬਾ ਰਹਾ ਜੀ। ਉਹ ਗਾੜੀਆਂ ਨਿਕਲ ਰਹੀ ਹੈ ਆਰਾਮ ਸੇ, ਇਹ ਆਊਟਰ ਰਿੰਗ ਰੋਡ ਮੇ ਚੱਲ ਰਿਹਾ ਹੈ। ਅਭੀ ਕੇਵਲ ਚਾਰ ਪਾਂਚ ਦਿਨ ਹੋਏ ਗਾੜੀ ਪੇ ਆਏ ਹੋਏ। ਐਕਸਪੋਰਟ ਕਾ ਇਹ ਹੈ ਮਾਸਟਰ, ਟੇਲਰ ਮਾਸਟਰ, ਅਭ ਯੇ ਬਨਨੇ ਜਾ ਰਹੇ ਹੈ ਟਰੱਕ ਆਪਰੇਟਰ। ਔਰ ਦੋਸਤੋ ਇਹ ਫਾਈਨੈਂਸ਼ੀਅਲ ਡਿਸਟ੍ਰਿਕਟ ਹੈਦਰਾਬਾਦ, ਔਰ ਹਮ ਜਾ ਰਹੇ ਯਹਾਂ ਸੇ ਨੋਇਡਾ, ਬੈਂਗਲੋਰ ਸੇ ਲੋਡ ਕਰਕੇ ਆਏ ਹਮ ਨੋਇਡਾ ਕੇ ਲਈ ਜਾ ਰਹੇ ਹੈ। ਅਕੇਲੇ ਗਾੜੀ ਚਲਾਉਣਾ ਪੜਤਾ ਹੈ, ਵੀ ਇਹ ਚੇਲਾ ਤਿਆਰ ਹੋ ਜਾਏਗਾ ਫਿਰ ਮੈਂ ਆਰਾਮ ਮਿਲੇਗਾ। ਟ੍ਰੈਨਿੰਗ ਪੇ ਇੱਕ ਮਹੀਨੇ ਮੇ ਸਿੱਖ ਜਾਏਗਾ ਗਾੜੀ, ਤੋਂ ਫਿਰ ਸੋਨੇ ਕੋ ਮਿਲ ਜਾਇਆ ਕਰੇਗਾ। ਅਭੀ ਤੋ ਅਕੇਲੇ ਹੀ ਗਾੜੀ ਚਲਾਉਣੀ ਪੜਤੀ ਹੈ, ਇਸ ਤਰ੍ਹਾਂ ਕੀ ਰੋਡ ਪੇ ਗਾੜੀ ਦੇਤੇ ਹੈ। ਜੈਸੇ ਏਟ ਲੈਨ ਹੈ, ਏਸੀ ਜੈਸੀ ਰੋਡ ਹੋ ਮੈਨੂੰ ਦੇਤੇ ਗਾੜੀ, ਜਿਸਸੇ ਕਿ ਘਾਸ ਸਾਫ ਹੋ। ਔਰ ਜਾਣੇ ਕੇ ਲੀਏ ਟਾਈਮ ਪਾਸ